ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ CRPF ਡਿਪਾਰਟਮੈਂਟ ਵੱਲੋਂ ਐਗਜ਼ਾਮ ਕੈਲੰਡਰ ਜਾਰੀ ਕੀਤਾ ਗਿਆ ਜੀ ਕੁਝ ਵੈਕੈਂਸੀਆਂ ਦੇ ਰਿਗਾਰਡਿੰਗ ਜਿੱਦਾਂ ਐਡਵਰਟਾਈਜ਼ ਨੰਬਰ 6 ਤੇ ਐਡਵਰਟਾਈਜ਼ ਨੰਬਰ 10 ਤੇ ਐਡਵਰਟਾਈਜ਼ ਨੰਬਰ 14 ਠੀਕ ਹੈ ਜੀ ਜਿਹੜੀ 6 ਤੇ 10 ਆ ਜੀ 2023 ਦੀਆਂ ਵੈਕੈਂਸੀਆਂ ਨੇ ਤੇ ਜਿਹੜੀ 2022 ਵਾਲੀ ਵੈਕੈਂਸੀ ਹੈ 14 ਐਡਵਰਟਾਈਜ਼ ਨੰਬਰ ਉਹਦੇ ਰਿਗਾਰਡਿੰਗ ਦੱਸਿਆ ਗਿਆ ਜੀ ਤੇ ਬਾਕੀ ਜਿਹੜੀ ਦੂਜੀਆਂ ਵੈਕੈਂਸੀਆਂ ਜੀ ਉਹਨਾਂ ਦਾ ਵੀ ਜਲਦੀ ਐਗਜ਼ਾਮ ਦੱਸ ਦਤਾ ਜਾਊਗਾ ਕਦੋਂ ਮੁਰਗੇ ਨੂੰ ਐਗਜ਼ਾਮ ਹੋਣਾ ਜੀ ਬਾਕ ਬਾਕੀ ਮੈਂ ਪੀਡੀਫ ਟੈਨੇਗਰੂਪ ਤੇ ਪ੍ਰੋਵਾਈਡ ਕਰ ਦਾਂਗਾ ਤੁਸੀਂ ਉੱਥੋਂ ਦੇਖ ਸਕਦੇ ਹੋ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਨੇ ਆਪਣਾ ਅਪਲਾਈ ਅਪਲਾਈ ਕੀਤਾ ਸੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਐਡਵਰਟਾਈਜ਼ਮੈਂਟ 66 ਤੇ ਦੀ ਹੋ ਵੀ ਆਪਣੀ ਤਾਰੀਖੇ ਚ ਲਣ ਤੇ ਆਪਾਂ ਦੇਖਦੇ ਕਿਦੋਂ ਐਗਜ਼ਾਮ ਆ ਜੀ ਤੇ ਇਹ ਮਨ ਕੇ ਨੋਟੀਫਿਕੇਸ਼ਨ ਆਪਾਂ ਦੇਖਦੇ ਆ ਜਿਹੜਾ ਐਗਜ਼ਾਮ ਆ ਜੀ ਵਿਗਿਆਨਿਕ ਵਿਗਿਆਨ ਆ ਜਿਹੜੀ 14 2022 ਦੇ ਵਿੱਚ ਵੈਕੈਂਸੀ ਸੀ ਐਡਵਰਟਾਈਜ਼ਮੈਂਟ ਜਿਆਦਾ ਅੰਦਰ ਤੇ ਵਿਗਿਆਨਿਕ ਸਾਇੰਸ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਜੀ ਉਹਨਾਂ ਦਾ 7 ਜਨਵਰੀ ਨੂੰ ਪੇਪਰ ਆ ਜੀ ਤੇ ਜਿਨ੍ਹਾਂ ਜੂਨੀਅਰ ਇੰਜੀ ਜੁਨੀਅਰ ਜੁਨੀਅਰ ਇੰਜੀਨੀਅਰਿੰਗ ਠੀਕ ਹੈ ਜੀ ਇਹਨਾਂ ਨੇ ਅਪਲਾਈ ਕੀਤਾ ਵਿਜਨ ਵੀ ਨੂੰ ਹੈਗਾ ਇਹਨਾਂ ਦਾ ਵਿਜਨ ਵੀ 2024 ਨੂੰ ਮਿਲ ਕੇ ਉਹਨਾਂ ਦਾ ਪੇਪਰ ਆ ਜੀ ਠੀਕ ਹੈ ਜੀ ਤੇ ਜਿਨ੍ਹਾਂ ਨੇ 10 ਐਡਵਰਟਾਈਜ਼ ਨੰਬਰ 10 2023 ਦੀ ਐਡਵਰਟਾਈਜ਼ ਨੰਬਰ ਜੁਨੀਅਰ ਇੰਜੀਨੀਅਰ ਸਿਵਲ ਵਾਸਤੇ ਜਾਂ ਸਿਹਤ ਵਾਲੇ ਤੇ ਬਿਜਲੀ ਵਾਲੇ ਚ ਅਪਲਾਈ ਕੀਤਾ ਉਹਨਾਂ ਦੇ 21 ਜਨਵਰੀ ਨੂੰ ਮਿਲ ਕੀ ਹੈਗਾ ਜੀ ਪੇਪਰ ਠੀਕ ਹੈ ਜੀ ਤੇ ਜਿਨ੍ਹਾਂ ਨੇ ਐਡਵਰਟਾਈਜ਼ ਨੰਬਰ 6 ਦੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਅਪਲਾਈ ਕੀਤਾ ਸੀ ਉਹਨਾਂ ਦਾ 28 ਜਨਵਰੀ ਨੂੰ ਪੇਪਰ ਆ ਜੀ ਤੇ ਬਹੁਤ ਸਾਰੇ ਕੈਂਡੀਡੇਟ ਨੇ ਐਡਵਰਟਾਈਜ਼ਮੈਂਟ ਨੰਬਰ 6 ਦੇ ਵਿੱਚ ਅਪਲਾਈ ਕੀਤਾ ਹੋਇਆ ਹੈ ਜੂਨੀਅਰ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਵਾਸਤੇ ਉਹ ਆਪਣੀ ਤਿਆਰੀ ਰੱਖ ਲੈਣਾ ਤੇ ਬਾਕੀ ਐਗਜ਼ਾਮ ਤੋਂ ਮਨ ਕੀਤਾ ਰਹੇ 5-6 ਦਿਨ ਪਹਿਲਾਂ ਐਡਮਿਟ 卡ਡ ਸ਼ੋ ਹੋ ਜਾਣਗੇ ਜੀ ਤੇ ਜਿਨ੍ਹਾਂ ਨੇ ਅਪਲਾਈ ਕੀਤਾ ਜੀ ਆਪਣੀ ਤਿਆਰੀ ਰੱਖੋ ਜੀ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਨੇ ਐਡਵਰਟਾਈਜ਼ਮੈਂਟ ਨੰਬਰ 6 ਲਈ ਅਪਲਾਈ ਕੀਤਾ ਹੋਇਆ ਜੀ ਤੇ ਬਾਕੀ ਐਡਵਰਟਾਈਜ਼ਮੈਂਟ ਜਿਹੜੀ 5 ਜਾਂ ਹੋਰ ਵੀ ਪੋਸਟਾਂ ਹੈਗੀਆਂ ਨੇ ਜੀ ਉਹਨਾਂ ਦਾ ਐਗਜ਼ਾਮ ਫਰਵਰੀ ਮਾਰਚ ਦੇ ਵਿੱਚ ਹੋਊਗਾ ਕਿਉਂਕਿ ਬਾਅਦ ਵਿੱਚ ਹੋਊਗਾ ਜੀ ਇਹਨਾਂ ਐਗਜ਼ਾਮ ਤੋਂ ਬਾਅਦ ਤੇ ਬਾਕੀ ਤੁਸੀਂ ਜਿਨ੍ਹਾਂ ਨੇ ਨਾ ਵੈਕੈਂਸੀਆਂ 'ਤੇ ਅਪਲਾਈ ਕੀਤਾ ਜੀ ਆਪਣੀ ਤਿਆਰੀ ਰੱਖੋ ਤੇ ਬਾਕੀਆਂ ਦੀ ਵੀ ਤੁਹਾਨੂੰ ਐਗਜ਼ਾਮ ਡੇਟ ਜਲਦੀ ਮਿਲ ਜਾਊਗੀ ਜੀ